सत्कारयोग किसान भरावो, नवी सरकार बने नूं अजे कुछ समा होया। लोकां ने बड़े चा नाल आसा नाल इस सरकार नूं जिता के बहुत वड्डा इक फैसला दिता सी कि लोग पिछलियां सरकारां तों 74 सालां तों अके पए सी, उन्हां ने कदे अकाली कदे कांग्रेस वालियां नूं वोटा पापा देख लिया सी, ते इस बार उन्होंने नवी सरकार जिहड़ी लोकां नाल बहुत सारे वादे करके आई सी, इह तों बहुत सारियां वड्डियां आसां रख के बहुत वड्डी मजोरिटी दे नाल इहनूं जिताया सी। ते असीं वी इस गल करके जे इस सरकार ते बोल नहीं रहे, क्योंकि लोकां दा इह कहना जां इहदे हमायतियां दा इह कहना कि इह तां इही कुछ करनगे, इह तां इही बोलणगे, पर दोस्तो गल इह आ जिहड़ा सच आ ਉਹ ਕਿਸੇ ਤੋਂ ਛੁਪਿਆ ਨਹੀਂ ਰਹਿੰਦਾ। ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ, ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਦੁਨੀਆਂ ਜਿਹੜੀਆਂ ਇੱਥੇ ਪਾਰਟੀਆਂ ਰਾਜ ਕਰਦੀਆਂ ਰਹੀਆਂ ਉਹਨਾਂ ਅਰਗੀਆਂ ਉਗੜ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਪੰਜਾਬ ਦਾ ਕਿਸਾਨ ਕਰਜ਼ੇ ਨਾਲ ਝੰਬਿਆ ਪਿਆ, 70 ਸਾਲਾਂ ਦੇ ਵਿੱਚ ਇੱਥੇ ਖੁਦਕਸ਼ੀਆਂ ਦੀ ਫਸਲ ਵੱਢੀ ਜਾਂਦੀ ਰਹੀ ਆ, ਤੇ ਹੁਣ ਵੀ ਇਸ ਵਾਰ ਮਾਰਚ ਮਹੀਨੇ ਦੇ ਵਿੱਚ ਗਰਮੀ ਵਧਣ ਕਰਕੇ ਕਣਕ ਦਾ ਜਿਹੜਾ ਫਸਲ ਦਾ ਝਾੜ ਆ ਉਹ ਬਹੁਤ ਘੱਟ ਰਿਹਾ। ਮਤਲਬ ਕਿਸਾਨ ਦੇ ਕੋਈ ਵੀ ਪੱਲੇ ਨਹੀਂ ਪੈਣੇ ਵਾਲਾ, ਸਾਲ ਭਰ ਦਾ ਗੁਜ਼ਾਰਾ ਨਹੀਂ ਹੋਣ ਵਾਲਾ, ਤੇ ਅੱਕੇ ਕਿਸਾਨ ਅਜੇ ਵੀ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦੀਆਂ ਖੁਦਕਸ਼ੀਆਂ ਦੀਆਂ ਜਿਹੜੀਆਂ ਖਬਰਾਂ ਅਖਬਾਰਾਂ ਦੇ ਵਿੱਚ ਲੱਗ ਰਹੀਆਂ, ਤੇ ਦੂਜੇ ਪਾਸੇ ਨਵੀਂ ਸਰਕਾਰ ਨੇ 100 ਦੇ ਲਗਭਗ ਕਿਸਾਨਾਂ ਦੇ ਜਿਹੜੇ ਵਾਰੰਟ ਆ ਉਹ ਜਾਰੀ ਕਰ ਦਿੱਤੇ ਆ। ਇਸ ਗੱਲ ਦੇ ਵਿੱਚ ਉਹ ਜਾਰੀ ਕਰ ਦਿੱਤੇ ਕਿ ਉਹ ਆਪਣਾ ਜਿਹੜਾ ਕਰਜ਼ਾ ਆ ਉਹ ਨਹੀਂ ਮੋੜ ਸਕੇ। ਪੰਜਾਬ ਨੇ ਜਦੋਂ 1947 ਦੇ ਵਿੱਚ ਪਾਕਿਸਤਾਨ ਤੋਂ ਬਾਅਦ ਜਦੋਂ ਇੱਥੇ ਵੰਡ ਹੋਈ ਆ, ਇੱਥੇ ਆ ਕੇ ਖੇਤੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਗਏ, ਜ਼ਮੀਨ ਦੇ ਵਿੱਚੋਂ ਪਾਣੀ ਖੋਜਿਆ, ਸਾਰੇ ਦੇਸ਼ ਦੀ ਭੁੱਖਮਰੀ ਨੂੰ ਦੂਰ ਕੀਤਾ, ਤੇ ਆਪ ਜਿਹੜੇ ਆ ਉਜਾੜੇ ਦੇ ਕਿਨਾਰੇ ਤੇ ਆ ਗਏ। ਕਿਉਂਕਿ ਸਰਕਾਰ ਜਿਹੜਾ ਇਹ ਸਾਰਾ ਮਾਡਲ ਸੀਗਾ ਇਹ ਸਾਮਰਾਜੀ ਮਾਡਲ ਸੀ, ਜਿਹਦਾ ਅੱਜ ਪੀੜਾ ਭੂਗ ਹੋਇਆ ਚਿਹਰਾ ਅੱਜ ਦਿਸਦਾ, ਤੇ ਖੁਦਕਸ਼ੀਆਂ ਦੀ ਜਿਹੜੀ ਆ ਉਹ ਦੌੜ ਲੱਗੀ ਪਈ ਆ। ਦੂਜੇ ਪਾਸੇ ਸਰਕਾਰ ਨੇ ਨਵੀਂ ਸਰਕਾਰ ਨੇ ਕਿਸਾਨਾਂ ਦੇ ਵਾਰੰਟ ਕੱਢਣੇ ਸ਼ੁਰੂ ਕਰ ਦਿੱਤੇ ਜਿਹੜੇ ਕਰਜ਼ਾ ਨਹੀਂ ਮੋੜ ਸਕੇ। ਦੋਸਤੋ, ਇਹਨਾਂ ਗੱਲਾਂ ਦੇ ਵਿੱਚੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਿਛਲੀਆਂ ਸਰਕਾਰਾਂ ਦੇ ਨਾਲੋਂ ਇਸ ਸਰਕਾਰ ਦਾ ਫਰਕ ਕੀ ਆ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀਆਂ ਉਹ ਵੀ ਇਹੀ ਕੁਛ ਕਰਦੀਆਂ ਸੀਆਂ ਕਿਸਾਨਾਂ ਦੇ ਨਾਲ, ਤੇ ਹੁਣ ਜਿਹੜੀ ਨਵੀਂ ਸਰਕਾਰ ਆ ਉਹ ਵੀ ਇਸੇ ਰਾਹ ਦੇ ਉੱਤੇ ਤੁਰੀ ਆ, ਤੇ ਸਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਇਸ ਸਾਰੀ ਗੱਲ ਨੂੰ ਸਮਝਣਾ ਚਾਹੀਦਾ, ਤੇ ਇਹਨਾਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ, ਤੇ ਖੜਨਾ ਚਾਹੀਦਾ, ਮੋਹਰੇ ਦੀਵਾਰ ਬਣ ਕੇ ਖੜਨਾ ਚਾਹੀਦਾ ਕਿ ਤੁਸੀਂ ਤਾਂ ਬਹੁਤ ਸਾਰੇ ਵਾਅਦੇ ਕਰਕੇ ਆਏ ਸੀ। ਕਿਸਾਨ ਦੀ ਜਿਹੜੀ ਆ ਫਸਲ ਮਾਰੀ ਗਈ, ਤੁਸੀਂ ਬੋਨਸ ਦੇ ਕੇ ਕਿਸਾਨਾਂ ਦਾ ਆਸਰਾ ਤਾਂ ਕੀ ਬਣਨਾ ਸੀ, ਪਰ ਤੁਸੀਂ ਤਾਂ ਉਹ ਤੋਂ ਅੱਗੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਲਈ ਵਾਰੰਟ ਜਾਰੀ ਕਰਨ ਲੱਗ ਪਏ। ਸੋ ਕਿਸਾਨ ਭਰਾਵੋ, ਇਹੋ ਜਿਹਾ ਮਸਲਾ ਇਹੀ ਜਿਹੜੇ ਹੈਗੇ ਆ ਉਗੜ ਕੇ ਸਾਹਮਣੇ ਆਉਣਗੀਆਂ ਹੋਰ ਵੀ ਇਹਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਲਿਸੀਆਂ। ਆਪਾਂ ਨੂੰ ਇਹ ਜਿਹੜੇ ਕਿਸਾਨਾਂ ਦੇ ਵਾਰੰਟ ਕੱਢੇ ਇਹਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਜਿੱਥੇ ਜਿੱਥੇ ਆਪਾਂ ਬੈਠੇ ਹਾਂ, ਤੇ ਇਸ ਮੰਗ ਨੂੰ ਜ਼ੋਰ ਨਾਲ ਲੋਕਾਂ ਦੇ ਵਿੱਚ ਉਭਾਰਨਾ ਚਾਹੀਦਾ ਕਿ ਨਵੀਂ ਸਰਕਾਰ ਜਿਹੜੀ ਆ ਦੂਸਰੀ ਸਰਕਾਰਾਂ ਦੇ ਉਸੇ ਰਾਹ ਦੇ ਉੱਤੇ ਚੱਲ ਰਹੀ ਆ, ਉਹਨਾਂ ਪਦ ਚਿੰਨ੍ਹਾਂ ਦੇ ਉੱਤੇ ਚੱਲ ਰਹੀ ਆ, ਇਹਦਾ ਕੋਈ ਵੀ ਫਰਕ ਨਹੀਂ। ਤੇ ਮੈਂ ਆਪਣੀ ਕਿਸਾਨ ਜਥੇਬੰਦੀ ਵੱਲੋਂ, ਆਜ਼ਾਦ ਕਿਸਾਨ ਕਮੇਟੀ ਦੁਆਬਾ ਵੱਲੋਂ ਇਹ ਸਰਕਾਰ ਦੀਆਂ ਜਿਹੜੀਆਂ ਨੀਤੀ ਆ ਪਾਲਿਸੀ ਆ ਕਿਸਾਨਾਂ ਪ੍ਰਤੀ ਉਹਦਾ ਜ਼ੋਰਦਾਰ ਵਿਰੋਧ ਕਰਦਾ। ਧੰਨਵਾਦ।